ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਪੁਗਨੀ ਵਿਖੇ ਅਮਰ ਕੌਰ ਤੇ ਚਰਨ ਕੌਰ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ 'ਚ ਗੁਰੂ ਨਾਨਕ ਮੋਦੀ ਖਾਨਾ ਕਰਿਆਨਾ ਸਟੋਰ ਡਾਕਟਰ ਹਰਦੇਵ ਸਿੰਘ ਪਰਹਾਰ USA ਵੱਲੋਂ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਬ੍ਰਹਮਜੀਤ ਜੱਬਰ ਵਾਲਿਆਂ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਰਿੰਦਰ ਸਿੰਘ ਪੁੱਲੇਵਾਲ ਰਾਠਾ ਸਮੇਤ ਪਿੰਡ ਵਾਸੀ ਅਤੇ ਕਮੇਟੀ ਮੈਂਬਰ ਵੀ ਹਾਜ਼ਰ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਹਰਦੇਵ ਸਿੰਘ ਪਰਹਾਰ ਵੱਲੋਂ ਪਹਿਲਾਂ ਵੀ ਵੱਡੇ ਪੱਪੜ ਤੇ ਪਿੰਡ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਗੁਰੂ ਨਾਨਕ ਮੋਦੀਖਾਨਾ ਕਰਿਆਨਾ ਸਟੋਰ ਦੀ ਵੀ ਸ਼ੁਰੂਆਤ ਕਰਵਾਈ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ਿਸ਼ ਹੋਈ, ਬਹੁਤ ਵੱਡੀ ਕਿਰਪਾ ਹੋਈ। ਗੁਰੂ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਪਿੰਡ ਭੁੰਗਰਨੀ ਸਮੂਹ ਨਗਰ ਪੰਚਾਇਤੀ ਪੰਚਾਇਤ ਪ੍ਰਬੰਧਕਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਜ ਸਾਹਿਬ ਜੀ ਮਹਾਰਾਜ ਨੇ ਇਹਨਾਂ ਤੋਂ ਸੇਵਾ ਲਈ ਆ। ਪ੍ਰੇਰਿਤ ਉਹੀ ਕਰਦੇ ਨੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਹੋਰ ਵੀ ਵੱਧ ਤੋਂ ਵੱਧ ਸੇਵਾ ਲੈਣ। ਜਿਹੜਾ ਸਾਨੂੰ ਉਪਦੇਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਉਹਨਾਂ ਉਪਦੇਸ਼ਾਂ 'ਤੇ ਅਸੀਂ ਚੱਲ ਕੇ ਆਪਣਾ ਜੀਵਨ ਸੁਧਾਰ ਸਕੀਏ, ਬਾਕੀਆਂ ਨੂੰ ਵੀ ਇਹ ਸੱਚੀ ਅਤੇ ਸੁੱਚੀ ਸੇਵਾ ਵੱਲ ਤੋਰੀਏ। ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ। ਅੱਜ ਬਹੁਤ ਬੜੀ ਖੁਸ਼ੀ ਹੋਈ ਹੈ, ਉਸੇ ਰੇਟ 'ਤੇ ਲਿਆ ਕੇ ਇਹਨਾਂ ਨੇ ਇਹਦਾ ਨਾਂ ਤਾਂ ਹੀ ਮੋਦੀ ਖਾਨਾ ਰੱਖਿਆ, ਉਸੇ ਰੇਟ 'ਤੇ ਇਹਨਾਂ ਨੇ ਇਹ ਚੀਜ਼ਾਂ ਦੇਣੀਆਂ ਨੇ। ਮਿਹਰ ਕਰੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਏ ਸਾਹਿਬ ਜੀ ਮਹਾਰਾਜ, ਇਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ, ਕਿਰਪਾ ਕਰਨ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਪਵਿੱਤਰ ਸਥਾਨ ਸੱਤਵੇਂ ਪਾਤਸ਼ਾਹ ਸ਼੍ਰੀ ਹਰਿਰਾਏ ਸਾਹਿਬ ਦੀ ਚਰਨ ਛੋਹ ਬਖਸ਼ ਨਗਰ ਭੁੰਗਰਨੀ ਵਿਖੇ ਅੱਜ ਬ੍ਰਹਮ ਗਿਆਨੀ ਬ੍ਰਹਮਜੀਤ ਜੀ ਨੇ ਅੱਜ ਗੁਰੂ ਨਾਨਕ ਮੋਦੀ ਖਾਨਾ ਕਰਿਆਨਾ ਸਟੋਰ ਦਾ ਜੋ ਉਦਘਾਟਨ ਹੋਇਆ, ਅਤੇ ਮੈਂ ਜਿੱਥੇ ਡਾਕਟਰ ਹਰਦੇਵ ਸਿੰਘ ਜੀ ਪਰਹਾਰ ਉਹਨਾਂ ਦੇ ਸਾਰੇ ਪਰਿਵਾਰ ਦਾ, ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਹਿਬ ਅਤੇ ਸਾਰੇ ਅਹੁਦੇਦਾਰ ਸਾਹਿਬਾਨ ਅਤੇ ਇਸ ਪਵਿੱਤਰ ਸਥਾਨ ਦੇ ਪ੍ਰਧਾਨ ਸੁਰਜੀਤ ਸਿੰਘ ਜੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨਾ 13-13 ਕਰਕੇ ਉਹਨੇ ਮੋਦੀ ਖਾਨਾ ਚਲਾਇਆ ਸੀ। ਅੱਜ ਜਿੱਥੇ ਵੀ ਗੁਰੂ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬੈਠੀਆਂ, ਉੱਥੇ ਜਿੱਡਾ ਵੱਡਾ ਸਮਾਜ ਦੀ ਸੇਵਾ, ਗਰੀਬ ਗੁਰਗੇ ਦੀ ਸੇਵਾ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਕੀਤੀਆਂ ਦੇਸ਼ ਵਿਦੇਸ਼ ਦੇ ਵਿੱਚ ਔਰ ਪੂਰਾ ਵਰਲਡ, ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿੱਥੇ ਧੰਨ ਧੰਨ ਕਰਕੇ ਉਹਨਾਂ ਦੀ ਉਪਮਾ ਕਰਦੇ ਆ, ਉੱਥੇ ਇਸ ਪਵਿੱਤਰ ਸਥਾਨ 'ਤੇ ਮੋਦੀਖਾਨਾ ਖੋਲ੍ਹਿਆ ਗਿਆ। ਗੁਰੂ ਮਹਾਰਾਜ ਕਿਰਪਾ ਕਰਨ ਅਤੇ ਇਹ ਨੋ ਇਨਕਮ ਨੋ ਲੋਸ 'ਤੇ ਮੋਦੀਖਾਨਾ ਚੱਲਣਾ ਕਿ ਜੋ ਚੀਜ਼ਾਂ ਆਪਾਂ ਮੌਲਾਂ 'ਚੋਂ ਦੁਕਾਨਾਂ ਤੋਂ ਜਾ ਕੇ ਲੈਂਦੇ ਹਾਂ, ਜਿੱਥੇ ਬਹੁਤ ਵੱਡੇ ਵੱਡੇ ਪ੍ਰੋਫਿਟ ਲਏ ਜਾਂਦੇ ਆ, ਇਹ 'ਚ ਕੋਈ ਵੀ ਪ੍ਰੋਫਿਟ ਨਹੀਂ ਲਿਆ ਜਾਣਾ ਔਰ ਨੋ ਇਨਕਮ ਨੋ ਲੋਸ 'ਤੇ ਇਹ ਲੋੜਵੰਦਾਂ ਨੂੰ ਚੀਜ਼ਾਂ ਇੱਥੋਂ ਮਿਲਣੀਆਂ। ਤੋ ਗੁਰੂ ਮਹਾਰਾਜ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਇਹ ਮੋਦੀਖਾਨਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਇਸ ਜਿੱਥੇ ਪਰਿਵਾਰ ਪਰਿਵਾਰ 'ਤੇ ਵੈਲਫੇਅਰ ਸੋਸਾਇਟੀ 'ਤੇ ਔਰ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ, ਜਿੱਥੇ ਇਹ ਮੋਦੀਖਾਨਾ ਮੈਂ ਸਮਝਦਾ ਹੋਰ ਵੀ ਥਾਂ ਥਾਂ 'ਤੇ ਮੋਦੀਖਾਨੇ ਖੋਲ੍ਹ ਕੇ ਇਹ ਸਮਾਜ ਦੀ ਸੇਵਾ ਕਰਨਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੋਦੀਖਾਨਾ ਪਿੰਡ ਭੁੰਗਰਨੀ ਦੇ ਵਿੱਚ ਖੋਲ੍ਹਿਆ ਗਿਆ, ਇਹ ਇੱਕ ਸਾਡੀ ਸੰਸਥਾ ਅਮਰ ਕੌਰ ਚਰਨ ਕੌਰ ਵੈਲਫੇਅਰ ਸੁਸਾਇਟੀ, ਜਿਸ ਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਜੀ ਪਰਹਾਰ USA ਔਰ ਉਹਨਾਂ ਦੀ ਸਮੁੱਚੀ ਫੈਮਿਲੀ, ਜੋ ਬੜੇ ਲੰਬੇ ਸਮੇਂ ਤੋਂ ਇਸ ਭੁੰਗਰਨੀ ਨਗਰ ਦੇ ਵਿੱਚ ਉਹ ਉਸਾਰੀ ਦੇ, ਵਿਕਾਸ ਦੇ ਅਤੇ ਗਰੀਬਾਂ ਦੀ ਸੇਵਾ ਦੇ ਲਈ ਉਹ ਕੰਮ ਉਪਰਾਲੇ ਕਰਦੇ ਆ ਰਹੇ ਆ, ਜਿਸ ਵਿੱਚ ਉਹਨਾਂ ਨੇ ਪਹਿਲਾਂ ਨਗਰ ਦੇ ਵਿੱਚ ਪਿੰਡ ਦੇ ਵਿੱਚ ਲਗਭਗ 3 ਕਰੋੜ ਦੀ ਰਾਸ਼ੀ ਮੈਚਿੰਗ ਗ੍ਰੈਂਟ ਦੇ ਨਾਲ ਪਿੰਡ ਦੇ ਵਿੱਚ ਖਰਚ ਕੀਤਾ ਔਰ ਸੀਵਰੇਜ ਪਵਾਇਆ। ਪਿੰਡ ਦੇ ਵਿੱਚ ਇੰਟਰਲੋਕ ਸੋਲਰ ਲਾਈਟਾਂ ਲਗਾਈਆਂ, ਉਪਰੰਤ ਪਿੰਡ ਦੇ ਵਿੱਚ ਜੋ ਸਰਕਾਰੀ ਸਕੂਲ ਹੈ ਉਸ ਦੀ ਜੋ ਲੋੜ ਸੀ ਬੱਚਿਆਂ ਵਾਸਤੇ, ਜੋ ਲੜਕੀਆਂ ਵਾਸਤੇ ਟੋਇਲਟ ਬਲੋਕ ਸੀ, ਉਹ ਇੱਕ ਤਾਂ ਬਹੁਤ ਮਾੜੇ ਸੀ, ਬੜੇ ਗੰਦੇ ਵੀ ਸੀ,
ते एको कट्ठे सन लड़के लड़कियां दे ते प्रिंसीपल साहब जो गुरप्रीत सिंह जी ने साडे सरकारी स्कूल दे उन्होंने मंग की ते एक साडा ऑफिस खराब आ बहुत ज़्यादा ते असी लगभग 9-10 लाख रुपया स्कूल दे उत्ते ला के उन्होंने बेड़े च इंटरलॉक भी लवाए ऑफिस बना के दिता ते लड़कियां वास्ते टॉयलेट ब्लॉक भी बनाया। इस तरह ही 150 बच्चा जिहड़ा इस वेले भी जिहड़े गरीब परिवार ने उन्होंने बच्चे पढ़ा रहे हैं ते 5-6 घर भी असी बनवा के दिते वख-वख पिंडां चों। ये सोसायटी जिहड़ी आ ये एक ये नहीं है भी पिंड च ही काम करती है, ये वख-वख पिंडां च जाके भी करती है। इस मोदी खाने दे विच समान किद्दां दित्ता जाएगा? ये जिहड़ा मोदी खाने का समान है ये पहली गल तो यह आ भी ये कल्ले नगर वास्ते नहीं, ये समुचे इलाके वास्ते बनाया गया जिहदे विच जे आपां इहनूं कहीए भी ना को वैरी नहीं बगाना साडे लई सारे एक ने, चाहे वह किसी नगर का भी आवे ये नो लॉस ते नो प्रॉफिट के उत्ते असीं इहनूं चला रहे हैं और आस करते हैं कि साडा लोग सहयोग भी देणगे, आस करते हैं कि इहनूं असीं होर अग्गे वधाईए। इस तों अलावा साडी पहली पहुँच ये आ भी जो अज दवाइया गरीब की पहुँच तो आम लोगों की पहुँच तो बाहर हो गई, सब तो साडा पहला मिशन ये आ कि असी एक कमिस्ट्री दुकान जिहड़ी इलाके च चाहे वह सानू पिंड पद्धर ते होवे चाहे वह इलाके दे विच होवे जे सानू वधिया ढंग दे नाल किते इलाके च मिल जाए तो असी इलाके चों खोलनी चाहुंदे आ। वह भी असी दवाइया जो इस वेले बहुत वड्डी लुट हो रही आ मरीजां दी जिहड़े दवाइया कोलों मर रहे ने उहनां लई भी असी वह खोलण दा साडा उपराला। दूसरा उपराला साडा ये आ कि साडे नगर दे विच कोई 25 लाख दे हिसाब नाल लगा साडा डिस्पेंसरी बनाई आ जिहदे सब सहूलतां ने, उहदे विच भी साडा एक लैब असी बनाउणी चाहुंदे आ जिहदे विच उह हर बंदे दे जिहड़े टेस्ट आ तकरीबन साडे नो लॉस नो प्रॉफिट असी करिए साडी इह वी मिशन। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਭਾਰਤ।